ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗੇ ਜਾਮ ਸਟੱਡੀ ਵਿਦ ਜੋਬ ਅਲਰਟ ਤੇ ਅੱਜ ਦੀ ਅਪਡੇਟ ਹੈ ਜੀ SSC ਦੇ ਵਿੱਚ ਪੋਸਟਾਂ ਆਈਆਂ ਨੇ ਕਲਰਕ ਅਤੇ ਡਾਟਾ ਆਪਰੇਟਰ ਅਤੇ ਹੋਰ ਵਿਭਾਗ ਦੇ ਵਿੱਚ SSC ਜਾਨੇ ਕਿ ਸਟਾਫ ਸਿਲੈਕਸ਼ਨ ਕਮਿਸ਼ਨ ਇਹਦੀ ਯੋਗਤਾ ਜਿਹੜੀ ਉਹ ਵਰਮੀ ਪਾਸ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਅਸੀਂ ਵੀਡੀਓ ਵਿੱਚ ਦੇਵਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਹੀ ਤੁਹਾਨੂੰ ਇਸੇ ਤਰ੍ਹਾਂ ਜੋ ਵੀ ਨਵੀਆਂ ਵੈਕੈਂਸੀਆਂ ਆਊਟ ਹੁੰਦੀਆਂ ਨੇ ਇਹਦੇ ਨਾਲ ਸੰਬੰਧਿਤ ਸਭ ਤੋਂ ਪਹਿਲਾਂ ਜਾਣਕਾਰੀ ਮਿਲ ਸਕੇ ਤਾਂ ਸ਼ੇਅਰ ਕਰਦੇ ਹਾਂ ਜੀ ਇਹ ਪੂਰੀ ਜਾਣਕਾਰੀ ਤਾ ਸਭ ਤੋਂ ਪਹਿਲਾਂ ਐਪਲੀਕੇਸ਼ਨ ਜਿਹੜੀ ਫੀਸ ਹੈ ਉਹਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਅਦਰ ਵਾਸਤੇ ਹੈ ਜੋ 100 ਰੁਪਏ ਫੀਸ ਹੈ ਬਾਕੀ ਐਸਐਸਟੀ ਫॉर ਊਮਨ ਪੀਡਬਲਿਟੀ ਐਕਸ ਸਰਵਿਸਮੈਨ ਕੈਂਡੀਡੇਟਸ ਇਹਨਾਂ ਲਈ ਕੋਈ ਫੀਸ ਨਹੀਂ ਹੈ ਪੇਮੈਂਟ ਮੋਡ ਹੈ ਜਿਹੜਾ ਆਫਲਾਈਨ ਵੀ ਹੈ ਆਨਲਾਈਨ ਵੀ ਹੈ ਸਟਾਰਟਿੰਗ ਡੇਟ ਅਪਲਾਈ 6 11 2020 ਹੈ ਲਾਸਟ ਡੇ ਟੂ ਅਪਲਾਈ ਆਨਲਾਈਨ 15 12 2020 ਤੱਕ ਇਸ ਤੋਂ ਲਾਵਾ ਇਹਨਾਂ ਨੇ ਫੀ ਸਬਮਿਟ ਕਰਾਉਣ ਦੀਆਂ ਅਲੱਗ-ਅਲੱਗ ਡੇਟਾ ਨੇ ਜਿਹੜੀਆਂ ਉਹ ਦਿੱਤੀਆਂ ਹੋਈਆਂ ਨੇਗੀਆਂ ਆਫਲਾਈਨ ਚਲਾਨ ਦੀ 19 12 2020 ਹੈ ਇਸ ਤੋਂ ਇਲਾਵਾ 21 12 2020 ਹੈ ਲਾਸਟ ਡੇਟ ਫਾਰ ਪੇਮੈਂਟ ਆਫ ਫੀਸ ਥਰੂ ਚਲਾਨ ਇਸ ਤੋਂ ਇਲਾਵਾ ਉਮਰ ਹੱਦ 1 ਇੱਕ 2020 ਜਾਨੀ ਕਿ ਮਿਨੀਮਮ ਏਜ 18 ਅਤੇ ਮੈਕਸਿਮਮ ਏਜ 27 ਇਅਰ 18 ਅਤੇ 27 ਦੇ ਵਿਚਕਾਰ ਤੁਹਾਡੀ ਉਮਰ ਹੈ ਜਿਹੜੀ ਹੋਣੀ ਚਾਹੀਦੀ ਹੈ এডਿਕੇਸ਼ਨ ਕੁਆਲਿਫਿਕੇਸ਼ਨ 12ਵੀਂ ਪਾਸ ਕਿਸੇ ਬੋਰਡ ਦਾ ਜਾਂ ਫਿਰ ਇੰਸਟੀਚਿਊਟ ਮਾਨਤਾ ਪ੍ਰਾਪਤ ਸੰਸਥਾ ਤੋਂ ਤਾਂ ਉਹਨੂੰ ਕਾਲ ਕਰ ਲੈਣੇ ਵੈਕੈਂਸੀ ਦੀ ਤਾਂ ਇਹਦੇ ਵਿੱਚ ਜਿਹੜਾ ਲੋਅਰ ਡਿਵੀਜ਼ਨ ਕਲਰਕ ਐਲ ਡੀ ਸੀ ਜੂਨੀਅਰ ਅਸਿਸਟੈਂਟ ਜੀ ਐਸ ਏ ਪੋਸਟਲ ਅਸਿਸਟੈਂਟ ਸੋਰਟਿੰਗ ਅਸਿਸਟੈਂਟ ਅਤੇ ਡਾਟਾ ਐਂਟਰੀ ਆਪਰੇਟਰ ਜੈਨਕੀ ਡੀਓ ਇਹਨਾਂ ਵਿਭਾਗ ਦੇ ਵਿੱਚ ਪੋਸਟਾਂ ਆਊਟ ਹੋਈਆਂ ਨੇ ਟੋਟਲ ਇਹਨਾਂ ਨੇ ਪੋਸਟਾਂ ਨਹੀਂ ਦੱਸਿਆ ਇਹ ਅਗਲੇ ਨੋਟੀਫਿਕੇਸ਼ਨ ਵਿੱਚ ਕਲੀਅਰ ਕਰਨਗੇ ਕਿ ਕਿਹੜੇ ਵਿਭਾਗ ਦੇ ਵਿੱਚ ਕਿਹੜੀਆਂ ਪੋਸਟਾਂ ਆਈਆਂ ਨੇ ਸੋ ਜੋ ਵੀ ਇੰਟਰਸਟਿਡ ਨੇ ਇਹ ਪੋਸਟਾਂ ਲਈ ਐਲੀਜੀਬਲ ਨੇ ਅਪਲਾਈ ਕਰਨਾ ਚਾਹੁੰਦੇ ਨੇ ਤਾਂ ਉਹ ਅਪਲਾਈ ਕਰ ਸਕਦੇ ਆ ਬਾਕੀ ਜੋ ਵੀ ਨਵੀਂ ਆਦਿ ਵੈਕੈਂਸੀ ਆਏਗੀ ਉਹਦੇ ਨਾਲ ਸੰਬੰਧਿਤ ਅਸੀਂ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰ ਦਿਓ ਜੀ ਧੰਨਵਾਦ